ਹਾਂਜੀ ਦੋਸਤੋ ਵੈਲਕਮ ਬੈਕ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੀ ਹੀ ਚੈਨਲ GS స్టੱਡੀਜ਼ ਐਂਡ ਸਟੂਡੈਂਟ ਹੈਬ ਚੈਨਲ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇੱਕ ਬਹੁਤ ਹੀ ਵੱਡੀ ਅਪਡੇਟ ਆ ਰਹੀ ਹੈ ਐਗਜ਼ਾਮ ਨੂੰ ਲੈ ਕੇ ਇੱਕ ਹੋਰ ਮੀਟਿੰਗ ਹੋ ਚੁੱਕੀ ਹੈ ਕੀ ਹੋਇਆ ਫੈਸਲਾ ਪੇਪਰ ਕਿਸ ਤਰ੍ਹਾਂ ਹੋਣੇ ਨੇ ਪੇਪਰ ਜਾਣੋ ਠੀਕ ਹੈ ਹੋਣੇ ਕਿਸ ਤਰ੍ਹਾਂ ਨੇ ਪੇਪਰ ਇਸ ਵੀਡੀਓ ਚ ਪੂਰੀ ਖਬਰ ਤੁਹਾਨੂੰ ਦਵਾਂਗੇ ਆਨਲਾਈਨ ਆਫਲਾਈਨ ਬਾਰੇ ਕੀ ਮੀਟਿੰਗ ਹੋਈ ਹੈ ਤੇ ਕੀ ਲੈ ਕੇ ਜਿਹੜਾ ਸ਼ਡਿਊਲ ਤਿਆਰ ਹੋਊਗਾ ਕਦੋਂ ਪੇਪਰ ਹੋਣਗੇ ਸਾਰੀ ਜਾਣਕਾਰੀ ਇਸ ਵੀਡੀਓ ਚ ਦੇਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣਾ ਤੇ ਆਪਣੇ ਦੋਸਤਾਂ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਜੋ ਉਹਨਾਂ ਨੂੰ ਵੀ ਪੰਜਾਬ ਯੂਨੀਵਰਸਿਟੀ ਬਾਰੇ ਇਨਫੋਰਮੇਸ਼ਨ ਮਿਲ ਸਕੇ ਨਾਲ ਹੀ ਤੁਸੀਂ ਪੰਜਾਬ ਯੂਨੀਵਰਸਿਟੀ ਦੀ ਤਿਆਰੀ ਇਸ ਚੈਨਲ ਤੇ ਚੱਲ ਰਹੀ ਹੈ ਪੇਪਰਾਂ ਦੀ ਜਾ ਕੇ ਉਹਨਾਂ ਨੂੰ ਵੀਡੀਓਜ਼ ਨੂੰ ਵੀ ਦੇਖੋ ਚੈਨਲ ਤੇ ਸ਼ੁਰੂ ਕਰਦੇ ਹਾਂ ਵੀਡੀਓ ਹਾਂਜੀ ਇੱਥੇ ਲਿਖਿਆ ਹੋਇਆ ਹੈ ਕਿ ਜਿਵੇਂ ਤੁਹਾਨੂੰ ਮੈਂ ਦਿਖਾਉਣਾ ਇੱਥੇ ਲਿਖਿਆ ਹੈ ਫਰਵਰੀ ਮੇਂ ਪ੍ਰੀਖਿਆਇਂ ਕਰਵਾਉਣੇ ਕੀ ਯੋਜਨਾ ਬੈਠਕ ਮੈਂ ਮੰਥਨ ਪੰਜਾਬ ਯੂਨੀਵਰਸਿਟੀ ਇਸ ਮਾਂ ਕੇ ਅੰਤ ਤੱਕ ਕਰੇਗੀ ਰੂਪੇ ਕਾ ਜੋ ਇਸ ਮੰਥ ਦੇ ਜਾਨੀ ਕਿ ਦਸੰਬਰ ਦੇ ਲਾਸਟ ਤੱਕ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਹਾਡੇ ਪੇਪਰ ਕਿਸ ਤਰ੍ਹਾਂ ਹੋਣਗੇ ਮੀਟਿੰਗ ਦੇ ਵਿੱਚ ਕੀ ਕੀ ਹੋਇਆ ਕਿਸ ਤਰ੍ਹਾਂ ਪੇਪਰ ਹੋਣਗੇ ਤੁਹਾਨੂੰ ਅੱਗੇ ਸਾਰੀ ਜਾਣਕਾਰੀ ਦੇਣੇ ਸਭ ਤੋਂ ਪਹਿਲਾਂ ਆਪਾਂ ਹੈਡਿੰਗ ਲਾਈਨ ਪੜ੍ਹਦੇ ਹਾਂ ਫਰਵਰੀ ਮੇ ਪ੍ਰੀਖਿਆਵਾਂ ਕਰਵਾਉਣ ਦੀ ਯੋਜਨਾ ਬੈਠਕ ਮੇ ਮੰਥਨ ਪੰਜਾਬ ਵਿਸ਼ਵ ਵਿਦਿਆਲੇ ਇਸ ਮਾਹ ਕੇ ਅੰਤ ਤੱਕ ਤੈਅ ਕਰੇਗਾ ਰੂਪਰੇਖਾ ਪ੍ਰੀਖਿਆਵਾਂ ਦੀ ਵਿਵਸਥਾ ਪਰ ਫੈਸਲਾ ਪਾਕੀ ਵਿਵਸਥਾ ਜਿਹੜੀ ਕਿਸ ਤਰ੍ਹਾਂ ਹੋਣੀ ਹੈ ਹੁਣ ਇਹ ਤਾਂ ਪੱਕਾ ਹੋ ਗਿਆ ਕਿ ਆਫਲਾਈਨ ਹੋਣਗੇ ਪੇਪਰ ਤੇ ਫਰਵਰੀ ਦੇ ਵਿੱਚ ਹੋਣਗੇ ठीक है तो यदि बैठक होगी डेट शीट तैयार होगी लास्ट तक हम पूरी न्यूज़ पढ़ते हैं कि लिखा न्यूज़ पंजाब विश्वविद्यालय की परीक्षाएँ फरवरी में करवाने जाने की योजना है अभी योजनाएँ फाइनल नहीं हुआ है ठीक है इसके लिए अधिकारी मंथन कर रहे हैं अधिकारियों की हुई बैठक में चे तय नहीं हो पा रहा कि विद्यार्थियों को किस हिसाब से बुलाया जाएगा और परीक्षा ऑनलाइन ऑफ़लाइन होने को क्या व्यवस्था होगी इसके लिए विस्तृत प्लान तैयार होगा और फिर उस पर मोहर लगाई जाएगी दिसंबर में आखिरी सप्ताह तक ये काम पूरा हो जाएगा पी के कोरोना के कारण इस बार परीक्षाएं ऑनलाइन ले ऑनलाइन ली थी लेकिन इस परीक्षाओं नाम मात्र की परीक्षा थी इसमें नकल की संभावनाएं अधिक रही क्योंकि अधिक नहीं बहुत ज़्यादा रही है हम ਜੇਕਰ ਆਪ ਆਪ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੀ ਹੈ ਜੇਕਰ ਆਨਲਾਈਨ ਪੇਪਰ ਹੋਣਗੇ ਤਾਂ ਬੱਚੇ ਕੋਈ ਵੀ ਆਪਣੇ ਆਪ ਨਹੀਂ ਲਿਖੂਗਾ ਸਾਰੇ ਨਕਲ ਮਾਰ ਕੇ ਹੀ ਲਿਖਣਗੇ ਇਹਨੂੰ ਧਿਆਨ ਵਿੱਚ ਰੱਖਦੀ ਹੋਏ ਫਰਵਰੀ ਚ ਆਫਲਾਈਨ ਪ੍ਰੀਖਿਆ ਕਰਵਾਣੀ ਕਰਵਾਈ ਜਾ ਰਹੀ ਹੈ ਬਾਕੀ ਅੱਗੇ ਦੇਖਦੇ ਹਾਂ ਕੀ ਲਿਖਿਆ ਹੋਇਆ ਇਸ ਵਾਰ ਪੀਯੂ ਫਰਵਰੀ ਮੇ ਆਨਲਾਈਨ ਪ੍ਰੀਖਿਆ ਕਰਵਾਉਣੇ ਦੀ ਤਿਆਰੀ ਮੇ ਜੁਟਾ ਸੌਰੀ ਆਫਲਾਈਨ ਪ੍ਰੀਖਿਆ ਮੇ ਜੁਟਾ ਹੈ ਫਰਵਰੀ ਮੇ ਆਫਲਾਈਨ ਪ੍ਰੀਖਿਆ ਹੋਗੀ ਠੀਕ ਹੈ ਸੂਤਰੋ ਕਾ ਕਹਿਨਾ ਹੈ ਕਿ ਅਧਿਕਾਰੀ ਕੀ ਬੈਠਕ ਹੋਈ ਲੇਕਿਨ ਅਧਿਕ ਦੇਰ ਤੱਕ ਨਹੀਂ ਚਲੀ ਵਿਦਿਆਰਥੀਆਂ ਕਾ ਪ੍ਰੀਖਿਆਵਾਂ ਮੇ ਕਿਤਨੇ ਦਿ करवाई जाएगी कैसे करवाई जाएगी और दूर इलाके वाले विद्यार्थी कैसे आएंगे नज़दीक वाले कैसे आएंगे रिपेयर परीक्षाएं करवाने में जुटी हुई है अभी रिपेयर परीक्षाएं चल रही हैं ठीक है ऑनलाइन जो चल रही हैं साथ ही परीक्षा का प्रमाण भी पीयू ने समय देगा होगा ठीक है जब प्रमाण भी जारी किया जाएगा मार्च के लास्ट तक ठीक है जैसा भी योजना भी तैयार होनी बाकी हैं फरवरी में परीक्षाएँ करवानी होंगी वो भी ऑफलाइन ਇਸ ਰਿਪੋਰਟ ਨੂੰ ਆਪਣੇ ਦੋਸਤੋਆਂ ਕੇ ਸਾਥ ਸ਼ੇਅਰ ਕਰਨਾ ਤਾਂ ਜੋ ਉਹਨਾਂ ਕੋ ਵੀ ਨਿਊਜ਼ ਜਾਣਕਾਰੀ ਮਿਲ ਸਕੇ ਹੁਣ ਜੇਕਰ ਆਪਾਂ ਗੱਲ ਕਰੀਏ ਆਫਲਾਈਨ ਦੀ ਜੇਕਰ ਆਫਲਾਈਨ ਪ੍ਰੀਖਿਆ ਹੋਊਗੀ ਤਾਂ ਜੇਕਰ ਵੱਖ-ਵੱਖ ਬੱਚਿਆਂ ਨੂੰ ਬੁਲਾਇਆ ਜਾਊਗਾ ਤਾਂ ਪੇਪਰ ਉਹਨਾਂ ਨੂੰ ਵੱਖ-ਵੱਖਰੇ ਤਿਆਰ ਕਰਨੇ ਪੈਣੇ ਨੇ ਜੇਕਰ ਇੱਕੋ ਪੇਪਰ ਤਿਆਰ ਕਰਨਗੇ ਤਾਂ ਬਾਅਦ ਵਾਲੇ ਬੱਚਿਆਂ ਨੂੰ ਪੇਪਰ ਪਹਿਲਾਂ ਹੀ ਪਤਾ ਲੱਗ ਜਾਣਾ ਇਹ ਬਹੁਤ ਸਾਰੀਆਂ ਜਿਹੜੀਆਂ ਯੋਜਨਾਵਾਂ ਤਿਆਰ ਕਰਨੀਆਂ ਬਾਕੀ ਨੇ ਨਾਲ ਨਾਲ ਤੁਹਾਨੂੰ ਨਿਊਜ਼ ਅਪਡੇਟ ਦਿੰਦੀ ਰਹਾਂਗੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਧੰਨਵਾਦ